ਭਰਮ ਪੈ ਭੁੱਲੇ, ਸੁੱਤ ਦਾ ਰਾਸਿਓਂ ਪ੍ਰੀਤ ਲਗਾਈ। ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ, ਤਹ ਮਿਲੰਤ ਜਮ ਤਰਾਸ ਮਿਟਾਈ। ਇੱਕ ਅਰਦਾਸ ਪਾਠ ਕੀਰਤ ਕੀ, ਗੁਰੂ ਰਾਮਦਾਸ ਰਾਖੋ ਸ਼ਰਣਾਈ। ਪੌੜੀ ਸੰਸਰ ਵਰਸੈ ਸਵਾਂਤ ਬੂੰਦ, ਜਿਉਂ ਸਭਨੀ ਥਾਈ। ਜਲ ਅੰਦਰ ਜਲ ਹੋਏ ਮਿਲੈ ਧਰਤੀ ਬਹੁ ਭਾਈ। ਕਿਰਖ ਬਿਰਖ ਰਸ ਕਸ ਘਣੇ, ਫਲ ਫੁੱਲ ਸੁਹਾਈ। ਕੇਲੇ ਵਿੱਚ ਕਪੂਰ ਹੋਏ ਸ਼ੀਤਲ ਸੁਖਦਾਈ। ਮੋਤੀ ਹੋਵੇ ਸਿਪ ਮੋਹ ਬਹੁ ਮੋਲ ਮੁਲਾਈ। ਬਸੀਅਰ ਦੇ ਮੋਹ ਕਾਲਕੂਟ ਚਿਤਵੇ ਬੁਰਾਈ। ਆਪੇ ਆਪ ਵਰਤਦਾ ਸਤ ਸੰਗ ਸੁਭਾਈ। ਆਪੇ ਆਪ ਵਰਤਦਾ ਸਤ ਸੰਗ ਸੁਭਾਈ। ਪਰਮ ਸਨਮਾਨਯੋਗ ਜ਼ਹਰਾ ਜ਼ਹੂਰ ਹਾਦਰ ਹਦੂਰ ਸਰਬ ਕਲਾ ਭਰਪੂਰ ਪਾਤਸ਼ਾਹ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਗੋਦ ਵਿੱਚ ਸੁਭਾਇਮਾਨ ਹੋਏ ਬੈਠੇ, ਗੁਰਮਤੀਏ ਅਤੇ ਅਰਦਾਸੀਏ ਬਣ ਬੈਠੇ ਗੁਰਸਿੱਖੋ, ਫਤਿਹ ਰਹੀ ਗੁਰਦੇਵ ਜੀ ਦੀਆਂ ਆਸ਼ੀਸ਼ਾਂ ਲਓ, ਦਾਸ ਨੂੰ ਜ਼ੁਬਾਨ ਬਖਸ਼ੋ ਅਤੇ ਰਲ ਮਿਲ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਜੋ ਜ਼ਿਕਰ ਭਾਈ ਸਾਹਿਬ ਨੇ ਇਸ ਪੌੜੀ ਵਿੱਚ ਕੀਤਾ, ਜੋ ਦਾਸ ਨੇ ਪੜ੍ਹੇ, ਇਹ ਦੂਜੀ ਵਾਰ ਦੀ ਪੰਜਵੀਂ ਪੌੜੀ ਹੈ। 20 ਪੌੜੀਆਂ ਨੇ ਜਿਨ੍ਹਾਂ ਦਾ ਕੌਨਸੈਪਟ ਇੱਕ ਹੀ ਹੈ, ਆਪੇ ਆਪ ਵਰਤਦਾ। ਹਰ ਪੌੜੀ ਦੇ ਅਖੀਰ ਵਿੱਚ ਇਹ ਸ਼ਬਦ ਆਏਗਾ ਕਿ ਆਪੇ ਆਪ ਵਰਤਦਾ, ਪਰਮੇਸ਼ਰ ਆਪਣੇ ਆਪ ਹੀ ਵਰਤ ਰਿਹਾ ਅਤੇ ਕਿਵੇਂ ਕਿਵੇਂ ਵਰਤ ਰਿਹਾ। 20 ਪੌੜੀਆਂ ਵਿੱਚ ਅਲੱਗ ਅਲੱਗ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਉਦਾਹਰਣਾਂ ਦਿੱਤੀਆਂ ਨੇ, ਕੋਟੇਸ਼ਨਸ ਦਿੱਤੀਆਂ ਨੇ ਗੱਲ ਸਮਝਣ ਵਾਸਤੇ। ਅੱਜ ਦੀ ਜੋ ਵਿਚਾਰਧਾਰਾ ਭਾਈ ਸਾਹਿਬ ਇਸ ਪੌੜੀ ਵਿੱਚ ਦੇ ਰਹੇ ਨੇ, ਉਹ ਸਵਾਤੀ ਬੂੰਦ ਆ। ਸਭ ਤੋਂ ਪਹਿਲਾਂ ਸਵਾਤੀ ਬੂੰਦ ਸ਼ਬਦ ਸਮਝਣਾ ਪਏਗਾ ਕਿ ਸਵਾਤੀ ਬੂੰਦ ਕੀ ਹੈ, ਤਾਂ ਅਸੀਂ ਇਸ ਪੱਖ ਨੂੰ ਸਮਝ ਸਕਦੇ ਹਾਂ। ਸਵਾਤੀ ਬੂੰਦ ਉਸ ਤਰੇਲ ਜਾਂ ਉਸ ਦੀ ਬੂੰਦ ਨੂੰ ਕਹਿੰਦੇ ਨੇ ਜੋ ਅਸਮਾਨ ਤੋਂ ਸਵਾਤੀ ਨਕਸ਼ੱਤਰ ਵਿੱਚ ਡਿੱਗਦੀ। ਸਵਾਤੀ ਨਕਸ਼ੱਤਰ ਕੀ? ਸ਼ਿਵ ਮਹਾਂਪੁਰਾਣ ਵਿੱਚ ਇੱਕ ਕਥਾ ਹੈ, ਇੱਕ ਬੇਨਤੀ ਕਰਕੇ ਮੈਂ ਕਥਾ 'ਤੇ ਆਉਣਾ। ਉਹ ਬੇਨਤੀ ਇਹ ਹੈ ਕਿ ਹਿੰਦੂ ਮਾਇਥੋਲੋਜੀ ਦੀਆਂ ਜਾਂ ਮਿਥਿਹਾਸ ਦੀਆਂ ਬਹੁਤ ਸਾਰੀਆਂ ਐਸੀਆਂ ਕਥਾਵਾਂ ਨੇ ਜਿਨ੍ਹਾਂ ਦਾ ਜ਼ਿਕਰ ਭਾਈ ਸਾਹਿਬ ਜੀ ਕਰਦੇ ਨੇ ਜਾਂ ਗੁਰਬਾਣੀ ਕਰਦੀ। ਭਾਵੇਂ ਕਿ ਮਾਇਥੋਲੋਜੀ ਨਾਲ ਜਾਂ ਮਿਥਿਹਾਸ ਨਾਲ ਸਾਡਾ ਗੁਰਮਤ ਦਾ ਕੋਈ ਸੰਬੰਧ ਨਹੀਂ ਹੈ, ਪਰ ਕਿਤੇ ਕਿਤੇ ਕੁਝ ਐਸੀ ਵਿਚਾਰਧਾਰਾ ਏ, ਮਿਥਿਹਾਸ ਦੀਆਂ ਕੁਝ ਐਸੀਆਂ ਕਥਾਵਾਂ ਨੇ ਜਿਨ੍ਹਾਂ ਤੋਂ ਸਾਨੂੰ ਜੀਵਨ ਦਾ ਦਿਸ਼ਾ ਨਿਰਦੇਸ਼ ਮਿਲਦਾ ਹੈ। ਜਿਵੇਂ ਭਾਈ ਸਾਹਿਬ ਭਾਈ ਵੀਰ ਸਿੰਘ ਸਾਹਿਬ ਨੇ ਸੁੰਦਰੀ ਜਾਂ ਉਹਦੇ ਨਾਲ ਰਲਦੇ ਮਿਲਦੇ ਨਾਟਕ ਲਿਖੇ ਨੇ, ਉਹ ਇਤਿਹਾਸ ਨਹੀਂ ਹੈ। ਇਤਿਹਾਸ ਦਾ ਅਰਥ ਹੁੰਦਾ ਹੈ ਇਤੀ, ਜੋ ਸਹੀ ਸਹੀ ਸੱਚ ਸੱਚ ਹੋ ਗੁਜ਼ਰ ਜਾਏ। ਮਿਥਿਹਾਸ ਦਾ ਅਰਥ ਹੁੰਦਾ ਹੈ ਜੋ ਅਕਲ ਤੋਂ ਮਿਥਿਆ ਜਾਏ, ਜੋ ਬਣਾਇਆ ਜਾਏ, ਪਰ ਉਹ ਵਧੀਆ ਹੋਵੇ, ਉਹ ਜੀਵਨ ਨੂੰ ਸਹੀ ਰਸਤਾ ਦਿੰਦਾ ਹੋਵੇ। ਅਤੇ ਜੋ ਜੀਵਨ ਨੂੰ ਸਹੀ ਰਸਤਾ ਦਿੰਦਾ ਹੈ, ਐਸਾ ਮਿਥਿਹਾਸ ਵੀ ਮੁਬਾਰਕ ਆ। ਸਵਾਤੀ ਬੂੰਦ ਜਿਵੇਂ ਕਲਪ ਬ੍ਰਿਖ, ਕਾਮਧੇਨ ਗਊ ਜਾਂ ਪਾਰਸ, ਇਹ ਸਾਰੇ ਦੇ ਸਾਰੇ ਕਲਪਨਾ ਦੇ ਨੇ, ਇਸੇ ਤਰ੍ਹਾਂ ਸਵਾਤੀ ਬੂੰਦ ਵੀ ਹੈ। ਖੈਰ, ਸਵਾਤੀ ਬੂੰਦ ਦਾ ਪਿਛੋਕੜ ਜੋ ਮਾਇਥੋਲੋਜੀ ਦਿੰਦੀ ਹੈ ਉਹ ਇਹ ਹੈ, ਸ਼ਿਵ ਮਹਾਂਪੁਰਾਣ ਮੁਤਾਬਕ
ਰਾਜਾ ਦਕਸ਼ ਦੀਆਂ 27 ਧੀਆਂ ਸਨ, ਉਹਨੇ ਉਹ ਸਾਰੀਆਂ ਚੰਦਰ ਦੇਵਤੇ ਨਾਲ ਵਿਆਹ ਦਿੱਤੀਆਂ। ਮੈਂ ਫਿਰ ਬੇਨਤੀ ਕਰਦੇ ਹਾਂ, ਹੈ ਮਾਇਥੋਲੋਜੀ ਪਰ ਗੱਲ ਸਿਰਫ ਸਮਝਣ ਵਾਸਤੇ ਹੈ ਮਿਥਿਹਾਸ। 27 ਧੀਆਂ ਸਨ, 27 ਦੀਆਂ 27 ਉਹਨੇ ਚੰਦਰ ਦੇਵਤੇ ਨਾਲ ਵਿਆਹੀਆਂ। ਜਦੋਂ ਉਹਨਾਂ ਦਾ ਵਿਆਹ ਹੋ ਗਿਆ, ਉਹਨਾਂ ਵਿੱਚ ਇੱਕ ਦਾ ਨਾਂ ਰੋਹਿਣੀ ਸੀ। ਰੋਹਿਣੀ ਨਾਲ ਉਹ ਜ਼ਿਆਦਾ ਖਿੱਚ ਰੱਖਦਾ ਸੀ ਅਤੇ ਬਾਕੀਆਂ ਨਾਲ ਨਹੀਂ। ਇਸ ਗੱਲ 'ਤੇ ਉਹਨਾਂ ਇਤਰਾਜ਼ ਕੀਤਾ, ਉਹਨਾਂ ਬੇਨਤੀਆਂ ਕੀਤੀਆਂ, ਪਰ ਚੰਦਰ ਦੇਵਤੇ ਨੇ ਨਾ ਮੰਨਿਆ। ਨਾ ਮੰਨਿਆ ਅਤੇ ਉਹਨਾਂ ਨੇ ਆਪਣੇ ਪਿਤਾ ਨੂੰ ਸ਼ਿਕਾਇਤ ਕੀਤੀ। ਰਾਜਾ ਦਕਸ਼ ਨੇ ਸਮਝਾਇਆ, ਜਦੋਂ ਨਾ ਸਮਝਿਆ ਉਹਨੇ ਸ਼ਰਾਪ ਦੇ ਦਿੱਤਾ। ਵਰ ਅਤੇ ਸ਼ਰਾਪ ਨੂੰ ਗੁਰਮਤ ਨਹੀਂ ਮੰਨਦੀ, ਖਿਆਲ ਰੱਖਣਾ। ਉਹ ਸ਼ਰਾਪ ਦੇ ਦਿੱਤਾ। ਇੱਕ ਕਹਾਣੀ ਹੈ, ਸੁਣਾ ਕੇ ਮੈਂ ਸਵਾਤੀ ਬੂੰਦ 'ਤੇ ਆ ਜਾਣਾ। ਸ਼ਰਾਪ ਇਹ ਦਿੱਤਾ ਕਿ ਤੇਰੀ ਰੋਸ਼ਨੀ ਜਾਂਦੀ ਰਹੇ, ਤੇਰਾ ਚਾਨਣ ਜਾਂਦਾ ਰਹੇ। ਉਹ ਚਾਨਣ ਚਲਾ ਗਿਆ। ਉਹ ਆਪਣੇ ਬਚਾਅ ਵਾਸਤੇ ਬ੍ਰਹਮਾ ਜੀ ਕੋਲ ਗਿਆ ਅਤੇ ਬ੍ਰਹਮਾ ਜੀ ਨੇ ਆਖਿਆ ਕਿ ਸ਼ਿਵਜੀ ਦੀ ਉਪਾਸਨਾ ਕਰ। ਇਹ ਉਪਾਅ ਦੱਸਿਆ। ਸ਼ਿਵਜੀ ਜੀ ਪ੍ਰਗਟ ਹੋਏ। ਸ਼ਿਵਜੀ ਨੇ ਪ੍ਰਗਟ ਹੋ ਕੇ ਦੋ ਪੱਖ ਦਿੱਤੇ। ਉਹਨੇ ਆਖਿਆ ਤੇਰੇ ਜੀਵਨ ਦੇ ਦੋ ਪੱਖ ਬਣ ਗਏ, ਇੱਕ ਕ੍ਰਿਸ਼ਨ ਪੱਖ ਅਤੇ ਦੂਜਾ ਸ਼ੁਕਲ ਪੱਖ। ਕ੍ਰਿਸ਼ਨ ਪਕਸ਼ ਅਤੇ ਸ਼ੁਕਲ ਪਕਸ਼ ਕਹਿੰਦੇ ਨੇ ਉਹਨੂੰ। 15 ਦਿਨ ਕ੍ਰਿਸ਼ਨ ਪਕਸ਼ ਵਿੱਚ ਰਹੇਗਾ ਅਤੇ 15 ਦਿਨ ਸ਼ੁਕਲ ਪਕਸ਼ ਵਿੱਚ ਰਹੇਗਾ। ਕ੍ਰਿਸ਼ਨ ਪਕਸ਼ ਵਿੱਚ ਹਨੇਰੇ ਵਿੱਚ ਰਹੇਗਾ ਅਤੇ ਜਦੋਂ ਸ਼ੁਕਲ ਪਕਸ਼ ਆਏਗਾ ਉਦੋਂ ਚਾਨਣ ਵਿੱਚ ਰਹੇਗਾ। ਹੌਲੀ 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 ਜਦੋਂ ਇਹ ਚਾਨਣ ਪੂਰਾ ਹੋ ਜਾਏਗਾ, ਪੁੰਨਿਆਂ ਦੇ ਰਾਤ ਨੂੰ ਰੋਹਿਣੀ ਨਕਸ਼ੱਤਰ ਹੁੰਦਾ। ਸਵਾਤੀ ਨਕਸ਼ੱਤਰ 15 ਨਕਸ਼ੱਤਰ ਆ। ਉਹਨਾਂ 27 ਧੀਆਂ ਦੇ ਜੋ ਨਾਂ ਸਨ, ਉਹ 27 ਦੇ 27 ਨਕਸ਼ੱਤਰਾਂ ਦੇ ਨਾਂ ਨੇ। ਰੋਹਿਣੀ ਨਕਸ਼ੱਤਰ ਪੁੰਨਿਆਂ ਨੂੰ ਹੁੰਦਾ ਹੈ ਅਤੇ ਸਵਾਤੀ ਨਕਸ਼ੱਤਰ ਮੱਸਿਆ ਨੂੰ ਹੁੰਦਾ ਹੈ। ਜਦੋਂ ਪੂਰੀ ਤਰ੍ਹਾਂ ਹਨੇਰਾ ਹੁੰਦਾ ਹੈ, ਇਹਦਾ ਸਵਾਮੀ ਰਾਹੂ ਮੰਨਿਆ ਜਾਂਦਾ ਹੈ। ਰਾਹੂ ਅੰਧਕਾਰ ਦਾ ਸਵਾਮੀ ਆ, ਅੰਧਕਾਰ ਦਾ ਪ੍ਰਤੀਕ ਆ, ਹਨੇਰੇ ਦਾ ਪ੍ਰਤੀਕ ਆ। ਰਾਹੂ ਅਤੇ ਕੇਤੂ ਨੂੰ ਗੁਰਮਤ ਬੇਸ਼ੱਕ ਨਹੀਂ ਮੰਨਦੀ, ਪਰ ਮਾਇਥੋਲੋਜੀ ਇਹ ਗੱਲ ਕਹਿੰਦੀ ਹੈ। ਉਸ ਹਨੇਰੀ ਰਾਤ ਵਿੱਚ ਜੇ ਕਿਤੇ ਤਰੇਲ ਪੈਂਦੀ ਹੋਵੇ, ਉਸ ਪੈਂਦੀ ਹੋਵੇ ਅਤੇ ਇੱਕ ਸਮਾਂ ਆਉਂਦਾ ਹੈ, ਉਹ ਸਵਾਤੀ ਨਕਸ਼ੱਤਰ ਦਾ ਹੈ, ਉਹ ਬਹੁਤ ਥੋੜ੍ਹਾ ਸਮਾਂ ਹੈ। ਉਸ ਵੇਲੇ ਉਹ ਪੈਣ ਵਾਲੀ ਬੂੰਦ ਧਰਤੀ 'ਤੇ ਜੋ ਕੁਝ ਕਰਦੀ ਹੈ। ਭਾਈ ਸਾਹਿਬ ਕਹਿੰਦੇ ਨੇ ਜੇ ਤੁਸੀਂ ਉਸ ਸਵਾਤੀ ਬੂੰਦ ਨੂੰ ਪ੍ਰਵਾਨ ਕਰ ਲਓ ਅਤੇ ਅਖੀਰ ਵਿੱਚ ਇਸ ਪੌੜੀ ਦੇ ਸ਼ਬਦ ਆਉਂਦਾ ਆਪੇ ਆਪ ਵਰਤਦਾ ਸਤਸੰਗ ਸੁਭਾਈ। ਜੇ ਤੁਸੀਂ ਮਨ ਵੀ ਲਓ ਕਿ ਸਵਾਤੀ ਬੂੰਦ ਆਪਣੀ ਥਾਂ ਠੀਕ ਹੈ ਅਤੇ ਸਵਾਤੀ ਬੂੰਦ ਦਾ ਹਰ ਥਾਂ 'ਤੇ ਅਲੱਗ ਅਲੱਗ ਅਸਰ ਦੱਸਿਆ ਜਾਂਦਾ ਹੈ। ਪੁਰਾਣ ਮੁਤਾਬਕ ਸਵਾਤੀ ਬੂੰਦ ਸਵਾਤੀ ਨਕਸ਼ੱਤਰ ਵਿੱਚ ਜਦੋਂ ਡਿੱਗਦੀ ਉਹ ਆਪਣਾ ਆਪਣਾ ਅਸਰ ਦਿੰਦੀ ਹੈ। ਬਿਲਕੁਲ ਇਸੇ ਤਰ੍ਹਾਂ ਸਤਸੰਗ ਦਾ ਆਪਣਾ ਅਸਰ ਜੀਵਨ 'ਤੇ ਹੁੰਦਾ ਹੈ ਅਤੇ ਮਨੁੱਖੀ ਜੀਵਨ 'ਤੇ ਹੁੰਦਾ ਹੈ। ਮਨੁੱਖ ਦੇ ਸੁਭਾਵਾਂ ਨੂੰ ਮੁੱਖ ਰੱਖ ਕੇ ਭਾਈ ਸਾਹਿਬ ਨੇ ਗੱਲ ਇੱਥੋਂ ਸ਼ੁਰੂ ਕੀਤੀ ਹੈ। ਸਮਸਰ ਵਰਸੈ ਸਵਾਤ ਬੂੰਦ। ਸਮਸਰ ਦਾ ਅਰਥ ਬਰਾਬਰ। ਜਦੋਂ ਸਵਾਤੀ ਨਕਸ਼ੱਤਰ ਦਾ ਸਮਾਂ ਹੁੰਦਾ ਹੈ, ਬਿਲਕੁਲ ਆਪਣੇ ਸਮੇਂ 'ਤੇ ਸਵਾਤੀ ਬੂੰਦ ਧਰਤੀ 'ਤੇ ਬਿਲਕੁਲ ਬਰਾਬਰ ਡਿੱਗਦੀ ਹੈ। ਹਰ ਥਾਂ 'ਤੇ ਇੱਕੋ ਜਿਹੀ ਡਿੱਗਦੀ ਹੈ, ਫਰਕ ਨਹੀਂ ਹੈ। ਬਿਲਕੁਲ ਇਸੇ ਤਰ੍ਹਾਂ ਪਰਮੇਸ਼ਰ ਸਾਰਿਆਂ ਵਿੱਚ ਇੱਕੋ ਜਿਹਾ ਵੱਸਦਾ, ਹਰ ਥਾਂ 'ਤੇ ਇੱਕੋ ਜਿਹਾ ਵੱਸਦਾ। ਪਰਮੇਸ਼ਰ ਕਿਸੇ ਵਿੱਚ ਫਰਕ ਨਹੀਂ ਰੱਖਦਾ, ਸਵਾਤੀ ਬੂੰਦ ਕਿਸੇ ਵਿੱਚ ਫਰਕ ਨਹੀਂ ਰੱਖਦੀ, ਡਿੱਗਦੀ ਇੱਕੋ ਜਿਹੀ ਹੈ। ਸਮਸਰ ਵਰਸੈ ਸਵਾਤ ਬੂੰਦ। ਜਿਉਂ ਸਭਨੀ ਥਾਈਂ ਜਿਸ ਤਰ੍ਹਾਂ ਹਰ ਥਾਂ 'ਤੇ ਸਵਾਤੀ ਬੂੰਦ ਬਿਲਕੁਲ ਇੱਕੋ ਜਿਹੀ ਬਰਾਬਰ ਡਿੱਗਦੀ ਹੈ, ਬਰਾਬਰ ਵਰਸਦੀ ਹੈ, ਉਹ ਤਰੇਲ ਦੀ ਬੂੰਦ, ਉਹ ਉਸ ਦੀ ਬੂੰਦ ਇੱਕੋ ਜਿਹੀ ਪੈਂਦੀ ਹੈ। ਜਲ ਅੰਦਰ ਜਲ ਹੋਏ ਮਿਲੇ। ਜਦੋਂ ਉਹ ਸਵਾਤੀ ਬੂੰਦ ਪਾਣੀ ਵਿੱਚ ਡਿੱਗ ਪਏ ਅਤੇ ਪਾਣੀ ਵਿੱਚ ਪਾਣੀ ਹੋ ਜਾਂਦੀ ਹੈ, ਪਾਣੀ ਉਹਨੂੰ ਆਪਣੇ ਵਿੱਚ ਐਕਸੈਪਟ ਕਰ ਲੈਂਦਾ। ਜਿਸ ਤਰ੍ਹਾਂ ਦਾ ਪਾਣੀ ਹੋਵੇ, ਕਾਲਾ ਹੋਵੇ, ਪੀਲਾ ਹੋਵੇ, ਚਿੱਟਾ ਹੋਵੇ, ਜਿਸ ਤਰ੍ਹਾਂ ਦਾ ਵੀ ਪਾਣੀ ਹੋਵੇ, ਉਸੇ ਤਰ੍ਹਾਂ ਦਾ ਰੰਗ ਸਵਾਤੀ ਬੂੰਦ ਉਹਦੇ ਵਿੱਚ ਪੈ ਕੇ ਲੈ ਲਈਦੀ ਹੈ। ਸਮਸਰ ਵਰਤੈ ਸਵਾਤ ਬੂੰਦ। ਜਿਉਂ ਸਭਨੀ ਥਾਈਂ ਜਲ ਅੰਦਰ ਜਲ ਹੋਏ ਮਿਲੇ। ਧਰਤੀ ਬਹੁ ਭਾਈ,
ਤੇ ਜੇ ਧਰਤੀ ਤੇ ਡਿੱਗ ਪਵੇ, ਜ਼ਮੀਨ ਤੇ ਡਿੱਗ ਪਵੇ, ਕਿਸੇ ਹੋਰ ਵਸਤੂ ਤੇ ਨਾ ਡਿੱਗੇ, ਕਿਸੇ ਸੰਗਿਆ ਤੇ ਨਾ ਡਿੱਗੇ, ਸਿਰਫ ਜ਼ਮੀਨ ਤੇ ਡਿੱਗੇ, ਧਰਤੀ ਤੇ ਡਿੱਗੇ, ਉਹ ਸਵਾਤੀ ਬੂੰਦ ਧਰਤੀ ਉਹਨੂੰ ਆਪਣੇ ਵਿੱਚ ਲੈ ਲੈਂਦੀ ਹੈ, ਉਹ ਧਰਤੀ ਵਿੱਚ ਸਮਾ ਜਾਂਦੀ ਹੈ। ਬਿਲਕੁਲ ਪਰਮੇਸ਼ਰ ਇਸੇ ਤਰ੍ਹਾਂ ਪਾਣੀ ਵਿੱਚ ਤੇ ਧਰਤੀ ਵਿੱਚ ਇੱਕੋ ਜਿਹਾ ਸਮਾਇਆ ਹੋਇਆ, ਹਰ ਥਾਂ ਤੇ ਮੌਜੂਦ ਆ। ਜਲ ਅੰਦਰ ਜਲ ਹੋਏ ਮਿਲੇ, ਧਰਤੀ ਬਹੁ ਭਾਈ ਬਹੁ ਭਾਂਤਾਂ ਨਾਲ ਅਲੱਗ ਅਲੱਗ ਤਰੀਕੇ ਨਾਲ ਧਰਤੀ ਤੇ ਡਿੱਗਦੀ ਹੈ। ਹੁਣ ਧਰਤੀ ਤੇ ਜੋ ਸੰਗਿਆ ਏ, ਜੋ ਸਾਮਾਨ ਆ, ਜੋ ਵਸਤੂ ਆ, ਉਹ ਵਸਤੂ ਉਹਨੂੰ ਕਿਸ ਕਿਸ ਤਰ੍ਹਾਂ ਆਪਣੇ ਅੰਦਰ ਲੈਂਦੀ ਹੈ। ਕਿਰਖ ਬਿਰਖ ਰਸ ਕਸ ਘਣੇ ਫਲ ਫੁੱਲ ਸੁਹਾਈ। ਕਿਰਖ ਕ੍ਰਿਸ਼ੀ, ਜਿੱਥੇ ਫਸਲਾਂ ਹੁੰਦੀਆਂ ਨੇ, ਜਿੱਥੇ ਫਸਲ ਹੁੰਦੀ ਹੈ ਉੱਥੇ ਪੇੜ ਹੁੰਦੇ ਨੇ, ਬਿਰਖ ਪੇੜ ਵਰਖਸ਼। ਕਿਰਖ ਬਿਰਖ ਰਸ ਕਸ ਘਣੇ, ਜਦੋਂ ਫਸਲ 'ਤੇ ਡਿੱਗਦੀ ਹੈ, ਫਸਲ ਵਿੱਚ ਕਿਸੇ ਨੂੰ ਉਹ ਮਿੱਠਾ ਕਰ ਦਿੰਦੀ ਹੈ ਅਤੇ ਕਿਸੇ ਨੂੰ ਕੌੜਾ ਕਰ ਦਿੰਦੀ ਹੈ। ਇਹ ਹੁਣ ਉਹ ਫਲ ਜਾਣੇ, ਉਹ ਫੁੱਲ ਜਾਣੇ, ਜਿਸ ਵਿੱਚ ਉਹ ਡਿੱਗਦੀ ਹੈ ਅਤੇ ਉਹ ਉਹਨੂੰ ਆਪਣੇ ਵਿੱਚ ਲੈਂਦਾ ਕਿਵੇਂ ਹੈ। ਬਿਲਕੁਲ ਸਤਸੰਗ ਨੂੰ ਵੀ ਇਸੇ ਤਰ੍ਹਾਂ ਮਨੁੱਖ ਆਪਣੇ ਜੀਵਨ ਵਿੱਚ ਲੈਂਦਾ ਹੈ। ਅਲੱਗ ਅਲੱਗ ਸੋਚ ਹੈ ਮਨੁੱਖ ਦੀ। ਸਤਸੰਗ ਵਿੱਚ ਆਏ ਹੋਏ ਲੋਕ ਕੋਈ ਸਮਾਧੀ ਲਾ ਕੇ ਮਿੱਠਤ ਪ੍ਰਵਾਨ ਕਰਦਾ ਹੈ, ਉਹਦੇ ਜੀਵਨ ਵਿੱਚ ਮਿੱਠਤ ਆ ਜਾਂਦੀ ਹੈ, ਉਹਦਾ ਜੀਵਨ ਮਿੱਠਾ ਹੋ ਜਾਂਦਾ ਹੈ। ਅਤੇ ਇੱਕ ਉਹ ਹੈ ਜੋ ਸਤਸੰਗ ਵਿੱਚ ਆਇਆ ਹੋਇਆ ਆਲੇ ਦੁਆਲੇ ਇਹ ਵੇਂਹਦਾ ਹੈ ਕਿ ਮੈਂ ਕਮੀਆਂ ਕਿੱਥੇ ਕੱਢਾਂ ਅਤੇ ਨਿੰਦਿਆ ਕਿਵੇਂ ਕਰਾਂ। ਇਹ ਦੋਵੇਂ ਪੱਖ ਨੇ। ਸਤਸੰਗ ਵਿੱਚ ਆਏ ਹੋਏ ਬਹੁਤੇ ਗੁਰਮੁਖ ਸੱਜਣ ਮਿੱਠਤ ਭਾਲਦੇ ਨੇ, ਪਰ ਕੁਝ ਐਸੇ ਵੀ ਹੁੰਦੇ ਨੇ ਜੋ ਨਿੰਦਿਆ ਭਾਲਦੇ ਨੇ ਕਿ ਮੈਂ ਨਿੰਦਿਆ ਕਿਵੇਂ ਕਰਨੀ ਹੈ, ਮੈਂ ਕਮਜ਼ੋਰੀਆਂ ਕਿਵੇਂ ਕੱਢਣੀਆਂ ਨੇ। ਸਵਾਤੀ ਬੂੰਦ ਡਿੱਗਦੀ ਅਤੇ ਧਰਤੀ 'ਤੇ ਇੱਕੋ ਜਿਹੀ ਹੈ, ਪਰ ਕੋਈ ਫਲ ਕੋਈ ਫੁੱਲ ਉਹਦੇ ਨਾਲ ਮਿੱਠਾ ਹੋ ਜਾਂਦਾ ਹੈ ਅਤੇ ਕੋਈ ਫਲ ਕੋਈ ਫੁੱਲ ਉਹਦੇ ਨਾਲ ਕੌੜਾ ਹੋ ਜਾਂਦਾ ਹੈ ਇੱਕੋ ਜਿਹੀ। ਕਿਰਖ ਬਿਰਖ ਰਸ ਕਸ ਘਣੇ ਫਲ ਫੁੱਲ ਸੁਹਾਈ। ਕਿਸੇ ਨੂੰ ਖੂਬਸੂਰਤ ਬਣਾ ਦਿੰਦਾ ਹੈ, ਫੁੱਲ ਨੂੰ ਬਣਾ ਦਿੰਦੀ ਹੈ ਫੁੱਲ ਨੂੰ, ਕਿਸੇ ਨੂੰ ਕੌੜਾ ਬਣਾ ਦਿੰਦੀ ਹੈ। ਕੇਲੇ ਵਿੱਚ ਕਪੂਰ ਹੋਏ, ਜੇ ਕਿਤੇ ਕੇਲੇ ਵਿੱਚ ਡਿੱਗ ਪਏ ਸਵਾਤੀ ਬੂੰਦ, ਇਹ ਮਹਾਂਪੁਰਾਣ ਕਹਿੰਦਾ ਅਤੇ ਭਾਈ ਸਾਹਿਬ ਉਹਦੀ ਉਦਾਹਰਣ ਦੇ ਰਹੇ ਨੇ। ਕਹਿੰਦੇ ਸਵਾਤੀ ਬੂੰਦ ਨੂੰ ਤੁਸੀਂ ਇਸ ਤਰ੍ਹਾਂ ਮੰਨ ਲਓ ਕਿ ਪਰਮੇਸ਼ਰ ਹੀ ਹੈ। ਸਵਾਤੀ ਬੂੰਦ ਨੂੰ ਤੁਸੀਂ ਇਸ ਤਰ੍ਹਾਂ ਮੰਨ ਲਓ ਕਿ ਸਤਸੰਗ ਆ ਜਿੱਥੇ ਪਰਮੇਸ਼ਰ ਦੀ ਗੱਲ ਹੁੰਦੀ ਹੈ। ਜੇ ਕਿਤੇ ਕੇਲੇ ਵਿੱਚ ਸਵਾਤੀ ਬੂੰਦ ਡਿੱਗ ਪਏ ਤਾਂ ਕੇਲੇ ਵਿੱਚ ਕਪੂਰ ਬਣ ਜਾਂਦਾ ਹੈ, ਉਹਦੇ ਨਾਲ ਮਹਿਕ ਆਉਣ ਲੱਗ ਜਾਂਦੀ ਹੈ, ਸ਼ੀਤਲਤਾ ਪ੍ਰਾਪਤ ਹੁੰਦੀ ਹੈ। ਕੇਲੇ ਵਿੱਚ ਕਪੂਰ ਹੋਏ ਸ਼ੀਤਲ ਸੁਖਦਾਈ, ਸ਼ੀਤਲਤਾ ਮਿਲੇਗੀ, ਸੁੱਖ ਮਿਲੇਗਾ। ਜੇ ਮਨੁੱਖ ਦਾ ਸੁਭਾਅ ਕੇਲੇ ਵਰਗਾ ਹੈ, ਮਿੱਠਤ ਭਰਦਾ ਹੈ, ਅਤੇ ਜੇ ਕਿਤੇ ਉਹਨੂੰ ਉੱਥੇ ਗੁਰਮਤ ਸਤਸੰਗ ਵਿੱਚੋਂ ਪ੍ਰਾਪਤ ਹੋਵੇ, ਉਹਦੇ ਅੰਦਰ ਕਪੂਰ ਪੈਦਾ ਹੋ ਜਾਂਦਾ ਹੈ, ਉਹਦੇ ਅੰਦਰ ਸ਼ੀਤਲਤਾ ਪੈਦਾ ਹੋ ਜਾਂਦੀ ਹੈ। ਕੇਲੇ ਵਿੱਚ ਕਪੂਰ ਹੋਏ ਸ਼ੀਤਲ ਸੁਖਦਾਈ, ਮੋਤੀ ਹੋਵੇ ਸਿੱਪ ਮੂੰਹ। ਜੇ ਕਿਤੇ ਸਿੱਪੀ ਦੇ ਮੂੰਹ ਵਿੱਚ ਪੈ ਜਾਏ, ਸਿੱਪੀ ਸਮੁੰਦਰ ਵਿੱਚੋਂ ਨਿਕਲਦੀ ਹੈ, ਅਤੇ ਸਿੱਪੀ ਦੇ ਮੂੰਹ ਵਿੱਚ ਜੇ ਕਿਤੇ ਸਵਾਤੀ ਬੂੰਦ ਪੈ ਜਾਏ ਤਾਂ ਮਾਇਥੋਲੋਜੀ ਇਹ ਗੱਲ ਕਹਿੰਦੀ ਹੈ ਕਿ ਉਹਦੇ ਵਿੱਚ ਮੋਤੀ ਪੈਦਾ ਹੋ ਜਾਂਦੇ ਨੇ, ਮੋਤੀ ਬਣ ਜਾਂਦੇ ਨੇ। ਮੋਤੀ ਹੋਵੇ ਸਿੱਪ ਮੂੰਹ, ਬਹੁ ਮੋਲ ਮੁਲਾਈ, ਉਹਦਾ ਬਹੁਤ ਵੱਡਾ ਮੁੱਲ ਪੈਂਦਾ ਹੈ। ਇੱਕ ਸਤਸੰਗੀ ਉਹ ਹੈ ਜੋ ਸਤਸੰਗ ਵਿੱਚੋਂ ਮਿੱਠਤ ਪ੍ਰਾਪਤ ਕਰਕੇ ਜਾਂਦਾ ਹੈ, ਇੱਕ ਸਤਸੰਗੀ ਉਹ ਹੈ ਜੋ ਸਤਸੰਗ ਵਿੱਚ ਆ ਕੇ ਨਿੰਦਕ ਵਾਲਾ ਸੁਭਾਅ ਬਣਾ ਲੈਂਦਾ ਹੈ, ਇੱਕ ਸਤਸੰਗੀ ਉਹ ਹੈ ਜਿਹਦੇ ਸੁਭਾਅ ਵਿੱਚ ਕੇਲੇ ਵਰਗੀ ਮਿੱਠਤ ਹੁੰਦੀ ਹੈ ਅਤੇ ਸਤਸੰਗ ਉਹਨੂੰ ਸ਼ੀਤਲਤਾ ਦੇ ਦਿੰਦਾ ਅਤੇ ਕਪੂਰ ਵਰਗਾ ਹੋ ਜਾਂਦਾ ਹੈ, ਇੱਕ ਸਤਸੰਗੀ ਉਹ ਹੈ ਜਿਹਦਾ ਜੀਵਨ ਮੋਤੀ ਵਾਂਗੂ ਚਮਕਣ ਲੱਗ ਜਾਂਦਾ ਹੈ ਅਤੇ ਸੰਤ ਬਣ ਜਾਂਦਾ ਹੈ, ਮਹਾਂਪੁਰਖ ਬਣ ਜਾਂਦਾ ਹੈ। ਮੋਤੀ ਹੋਵੇ ਸਿੱਪ ਮੂੰਹ, ਸਵਾਤੀ ਬੂੰਦ ਸਿੱਪੀ ਦੇ ਮੂੰਹ ਵਿੱਚ ਪਏ, ਸੀਪ ਕਹਿੰਦੇ ਨੇ ਇਹਨੂੰ ਹਿੰਦੀ ਵਿੱਚ ਅਤੇ ਪੰਜਾਬੀ ਵਿੱਚ ਸਿੱਪੀ ਕਹਿੰਦੇ ਨੇ। ਸਿੱਪੀ ਦੇ ਮੂੰਹ ਵਿੱਚ ਪੈ ਜਾਏ ਉਹਦੇ ਵਿੱਚ ਮੋਤੀ ਬਣ ਜਾਂਦੇ ਨੇ। ਮੋਤੀ ਹੋਵੇ ਸਿੱਪ ਮੂੰਹ, ਬਹੁ ਮੋਲ ਮੁਲਾਈ, ਅਤੇ ਅਤਿ ਕੀਮਤੀ ਜੀਵਨ ਉਹ ਹੁੰਦਾ ਹੈ ਜੋ ਸਤਸੰਗ ਨੂੰ ਸਿੱਪੀ ਵਾਂਗੂ ਆਪਣੇ ਅੰਦਰ ਐਕਸੈਪਟ ਕਰ ਲਏ।
मोती होवे सिप मूह बहुमोल मुलाई बसीयर दे मूह काल कोट। बसीयर कहिंदे ने सप नूं। हुण फिर दुबारा निंदक दा जिक्र किया गया, सप वाला सुभाव होवे। जे किते सुभाव सप वाला है तो उन्हें जहर उगलना। कालकूट कहिंदे ने जहर नूं। कहिंदे जे किते स्वाति बूंद सप दे मूंह विच पै जाए, सप जहरीला ना भी होवे तां भी अत जहरीला हो जांदा है। आप वेंदे हो बहुत सारे लोग इस संसार ते ने जिन्हां नूं सच परवान नहीं हुंदा। सियाणे कहिंदे ने जे किते सच बोलणे ते सच बोलण वास्ते एक वधिया घोड़ी लो ते इलाके दे एक किनारे ते खलो के बोलो ते दौड़ जाओ, क्योंकि सच परवान नहीं हुंदा। जिन्हां नूं सच परवान नहीं उन्हां दा सुभाव सप वाला है। ਉਹ ਸਤਸੰਗ ਵਿੱਚ ਜਾ ਕੇ ਵੀ ਸੱਚ ਨੂੰ ਪਰਵਾਹ ਨਹੀਂ ਕਰਦੇ। ਸਤਸੰਗ ਵਿੱਚ ਜਾਂਦੇ ਵੀ ਨੇ, ਚੌਂਕੜੀਆਂ ਵੀ ਮਾਰਦੇ ਨੇ, ਬਹਿੰਦੇ ਵੀ ਨੇ, ਸੁਣਦੇ ਵੀ ਨੇ, ਪਰ ਸੁਭਾਅ ਝੂਠ ਨਾਲ ਹੀ ਜੁੜਿਆ ਰਹਿੰਦਾ ਹੈ। ਉਹ ਸਤਸੰਗ ਪਰਵਾਨ ਕਰਕੇ ਰਾਜ਼ੀ ਨਹੀਂ, ਉਹਦੇ ਵਿੱਚੋਂ ਕਮੀਆਂ ਕੱਢਦੇ ਰਹਿੰਦੇ ਨੇ। ਹਜ਼ੂਰ ਕਹਿੰਦੇ ਨੇ ਬਿਲਕੁਲ ਇਸੇ ਤਰ੍ਹਾਂ ਜਿਵੇਂ ਸਵਾਤੀ ਬੂੰਦ ਸੱਪ ਦੇ ਮੂੰਹ ਵਿੱਚ ਪੈ ਜਾਏ ਤਾਂ ਉਹ ਹੋਰ ਜ਼ਹਿਰੀਲਾ ਹੋ ਜਾਂਦੇ। ਮੈਂ ਇੱਕ ਗੱਲ ਕਹਿਣ ਲੱਗਾ ਹੈ, ਆਪ ਬਰਦਾਸ਼ਤ ਕਰਿਓ। ਜੇ ਬਹੁਤ ਸਾਰੇ ਗੁਰਮੁਖ ਸੱਜਣ ਐਸੇ ਨੇ ਅੰਮ੍ਰਿਤ ਜੀਵਨ ਨੂੰ ਅੰਮ੍ਰਿਤ ਬਣਾ ਦਿੰਦਾ ਹੈ, ਅੰਮ੍ਰਿਤ ਅੱਖ ਨੂੰ ਅੰਮ੍ਰਿਤ ਬਣਾ ਦਿੰਦਾ ਹੈ, ਅੰਮ੍ਰਿਤ ਜ਼ੁਬਾਨ ਨੂੰ ਅੰਮ੍ਰਿਤ ਬਣਾ ਦਿੰਦਾ ਹੈ। ਜੋ ਅੰਮ੍ਰਿਤ ਅਸੀਂ ਖੰਡੇ ਕੀ ਪੋਲ ਦੇ ਰੂਪ ਵਿੱਚ ਛਕਦੇ ਹਾਂ ਇਹ ਸਾਡੇ ਜੀਵਨ ਨੂੰ ਮਹਾਨ ਬਣਾ ਦਿੰਦਾ, ਉੱਤਮ ਬਣਾ ਦਿੰਦਾ। ਪਰ ਕੁਝ ਲੋਕ ਐਸੇ ਵੀ ਨੇ ਜਦੋਂ ਅੰਮ੍ਰਿਤ ਛਕ ਕੇ ਪਹਿਲੇ ਦਿਨ ਆਉਂਦੇ ਨੇ ਉਦੋਂ ਤੋਂ ਉਹ ਇਹ ਸ਼ੁਰੂ ਕਰ ਦਿੰਦੇ ਨੇ ਕਿ ਬਾਕੀ ਸਾਰੇ ਮੇਰੇ ਤੋਂ ਛੋਟੇ ਨੇ, ਮੈਂ ਉੱਤਮ ਹੋ ਗਿਆ, ਮੈਂ ਸਭ ਤੋਂ ਵੱਡਾ ਹੋ ਗਿਆ। ਉਹ ਕਮਜ਼ੋਰੀਆਂ ਕੱਢਣੀਆਂ ਸ਼ੁਰੂ ਕਰ ਦਿੰਦੇ ਨੇ, ਉਹ ਬਹੁਤੇ ਵੱਡੇ ਸਿੱਖ ਬਣ ਜਾਂਦੇ ਨੇ। ਭਾਵੇਂ ਕਿ ਸਿੱਖ ਬਹੁਤ ਵੱਡਾ ਬਣ ਗਿਆ ਹੈ, ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ, ਪਰ ਹੰਕਾਰ ਸਿੱਖੀ ਨੂੰ ਵੀ ਸਿੱਖੀ ਨਹੀਂ ਰਹਿਣ ਦਿੰਦਾ। ਇਸਲਾਮ ਵਿੱਚ ਇੱਕ ਗੱਲ ਕਹਿੰਦੇ ਨੇ, ਨਵਾਂ ਮੁੱਲਾ ਬਹੁਤਾ ਅੱਲਾ ਅੱਲਾ ਕਰਦਾ ਹੈ। ਅੱਲਾ ਅੱਲਾ ਤਾਂ ਕਰਦਾ ਪਰ ਅੱਲਾ ਉਹਦੇ ਨੇੜਿਓਂ ਨਹੀਂ ਲੰਘਿਆ ਹੁੰਦਾ। ਮੂੰਹ ਮੈਂ ਰਾਮ ਬਗਲ ਮੈਂ ਛੁਰੀ, ਬਾਰ ਬਾਰ ਰਾਮ ਰਾਮ ਕਹਿਣ ਵਾਲਾ ਵੀ ਬਗਲ ਵਿੱਚ ਛੁਰੀ ਰੱਖੇ। ਸ਼ੀਸ਼ ਨਵਾਇਆ ਕਿਆ ਥੀਏ ਜਾਂ ਹਿਰਦਾ ਕਸੁੱਧੇ ਜਾਏ, ਬਾਰ ਬਾਰ ਸਿਰ ਝੁਕਾਉਣ ਦਾ ਕੀ ਫਾਇਦਾ ਜੇ ਹਿਰਦਾ ਸ਼ੁੱਧ ਨਹੀਂ ਹੈ, ਜੇ ਅੰਦਰੋਂ ਸ਼ੁੱਧ ਨਹੀਂ ਹੈ। ਭਾਈ ਸਾਹਿਬ ਕਹਿੰਦੇ ਨੇ ਬਸੀਅਰ ਦੇ ਮੂੰਹ ਕਾਲਕੋਟ, ਕਾਲਕੂਟ ਚਿੱਤਵੇ ਬੁਰਜਾਈ, ਉਹਦੀ ਚਿਤਨਨੀ ਵਿੱਚ ਬੁਰਜਾਈ ਰਹਿੰਦੀ ਹੈ, ਬੁਰਾਈ ਰਹਿੰਦਾ ਹੈ, ਗਲਤ ਹੀ ਰਹਿੰਦਾ ਹੈ, ਨਿੰਦਿਆ ਹੀ ਰਹਿੰਦੀ ਹੈ। ਸਤਸੰਗ ਵਿੱਚ ਜਾ ਕੇ ਵੀ ਉਹ ਪ੍ਰਾਪਤੀ ਨਹੀਂ ਕਰਦਾ, ਪਰ ਸਵਾਤੀ ਬੂੰਦ 'ਤੇ ਇੱਕੋ ਜਿਹੀ ਬਰਸ ਰਹੀ ਹੈ ਨਾ, ਸਤਸੰਗ 'ਤੇ ਇੱਕੋ ਜਿਹਾ ਪ੍ਰਭਾਵ ਦੇ ਰਿਹਾ। ਇਹ ਗੱਲ ਅਲੱਗ ਹੈ ਕਿ ਉਹਦੀ ਪ੍ਰਾਪਤੀ ਅਸੀਂ ਕਿਸ ਕਿਸ ਤਰ੍ਹਾਂ ਕਰਦੇ ਹਾਂ। ਆਪੇ ਆਪ ਵਰਤਦਾ ਸਤਸੰਗ ਸੁਭਾਈ, ਪਰਮੇਸ਼ਰ ਆਪਣੇ ਆਪ ਸਾਰਿਆਂ ਵਿੱਚ ਵਰਤਦਾ ਹੈ, ਪਰ ਜੇ ਕਿਸੇ ਨੂੰ ਸਤਸੰਗ ਦੀ ਪ੍ਰਾਪਤੀ ਹੋ ਜਾਏ ਉਹ ਵੱਡੇ ਭਾਗਾਂ ਵਾਲਾ ਹੋ ਜਾਂਦਾ ਹੈ। ਬਿਨ ਭਾਗਾਂ ਸਤਸੰਗ ਨਾ ਲੱਭੈ, ਇਹ ਗੁਰੂ ਸਾਹਿਬ ਨੇ ਸ਼ਬਦ ਇਸੇ ਕਰਕੇ ਵਰਤੇ ਨੇ। ਸਤਸੰਗ ਮਿਲ ਤੇ ਜਾਂਦਾ ਹੈ ਪਰ ਲੱਭਦਾ ਨਹੀਂ। ਸਤਸੰਗ ਵਿੱਚ ਮਨੁੱਖ ਪਹੁੰਚ ਤੇ ਜਾਂਦਾ ਹੈ ਪਰ ਸਤਸੰਗ ਲੱਭਦਾ ਭਾਗਾਂ ਨਾਲ। ਸੱਚ ਉਹਦੇ ਵਿੱਚੋਂ ਪ੍ਰਾਪਤ ਭਾਗਾਂ ਨਾਲ, ਕਿਸਮਤ ਨਾਲ ਹੁੰਦਾ ਹੈ, ਜੇ ਕੋਈ ਮਨ ਚਿੱਤ ਲਾ ਕੇ, ਚਿਤਵਨੀ ਲਾ ਕੇ, ਖਿਆਲ ਲਾ ਕੇ ਸਤਸੰਗ ਨਾਲ ਜੁੜਦਾ ਹੈ। ਬਿਨ ਭਾਗਾਂ ਸਤਸੰਗ ਨਾ ਲੱਭੈ, ਬਿਨ ਸੰਗਤ ਮਹਿਲ ਭਰਜਾ ਜੀਓ। ਆਪੇ ਆਪ ਵਰਤਦਾ ਸਤਸੰਗ ਸੁਭਾਈ, ਪੌੜੀ ਸੋਈ ਤਾਂਬਾ ਰੰਗ ਸੰਗ ਜਿਉਂ ਕਹਿ ਹਾਂ ਹੋਈ, ਸੋਈ ਤਾਂਬਾ ਜਿਸਤ ਮਿਲ ਪਿੱਤਲ ਅਵਲੋਈ, ਸੋਈ ਸ਼ੀਸ਼ੇ ਸੰਗਤੀ ਭੰਗਾਰ ਭੁਲੋਈ, ਤਾਂਬਾ ਪਾਰਸ ਪਰਸਿਆ ਹੋਏ ਕੰਚਨ ਸੋਈ, ਸੋਈ ਤਾਂਬਾ ਭਸਮ ਹੋਏ ਔਖਦ ਘਰ ਭੋਈ, ਆਪੇ ਆਪ ਵਰਤਦਾ ਸੰਗਤ ਗੁਣ ਗੋਈ। ਫਿਰ ਭਾਈ ਸਾਹਿਬ ਕਹਿੰਦੇ ਨੇ ਪਹਿਲੀ ਸਵਾਤੀ ਦੀ ਉਦਾਹਰਣ ਦਿੱਤੀ ਸੀ, ਹੁਣ ਤਾਂਬੇ ਦੀ ਦਿੰਦੇ। ਕਹਿੰਦੇ ਐਂ ਸਮਝ ਲਓ ਕਿ ਪਰਮੇਸ਼ਰ ਤਾਂਬੇ ਵਾਂਗੂ ਆ ਜਾਂ ਸਤਸੰਗ ਤਾਂਬੇ ਵਾਂਗੂ ਆ। ਜਦੋਂ ਤਾਂਬਾ
तांबे ते कली चढ़ा दिती जाए, कली ते तांबा दोवें रल जाण, कली नाल तांबा रले ते ओ कैहां बन जांदा है। शब्द भी वरत्या है गुरबाणी ने, उज्जल कैहां चिलकणा। पहलां पहलां कैहे दे भांडे बहुत चलते सी, ते कैहे दे भांडे नूं मांजोगे ओ ऐं लगेगा जिवें शीशे वर्गा चमक गया, क्योंकि तांबे विच कली मिली हुई है। उज्जल कहा चिलकणा घोटम कालड़ी मस, मस कहिंदे ने स्याही नूं, कालख नूं, काली कालख आ उहदे विच ते घोट घोट के लाओ लैंदी नहीं, जिन्नी वार मांझोगे लगेगा साफ पर साफ नहीं होएगा। उज्जल कहा चिलकणा घोटम कालड़ी मस, धोतिआं उन्हों धो लो ते उहदे विचों जूठ नहीं लैंदी। जे सौ धोआं ते जे सौ वार भी धोता जाए ते जूठ नहीं लैंदी। भाई साहब कहिंदे जिवें तांबा ते कली आपस विच रल जाण कहां बन जांदा, सोई तांबा रंग संग ज्यों कहां होई, सोई तांबा जिस्त मिल पित्तल अवलोई। ते जे जिस्त नाल मिल जाए, ये भी एक धात आ, जिस्त ते तांबा दोवें इकट्ठे हो जाण पित्तल हो जाएगा, उन्हों पित्तल कहिंदे ने बरदास, पर हुंदा तांबा ही है। तांबा ही कली विच रलिया ते कहां हो गया, तांबा ही जिस्त विच रलिया ते पित्तल हो गया। बिल्कुल इसे तरह परमेशर मनुखी सुभा दे नाल जिवें जिवें रलदा है उसे तरह का मनुखी सुभा बनता तुरिया जांदा है। सोई तांबा रंग संग ज्यों कहां होई, सोई तांबा जिस्त मिल पित्तल अवलोई। पित्तल वर्गा दिखाई देन लग जांदा है तांबा, सोई शीशे संगति सिक्का, सिक्का बहुत साफ सुथरा बन जांदा है, सिक्के नूं उबालो पानी वर्गा हो जांदा है, सिक्के विचों मूँह दिसण लग जांदा है। इत्थे शीशा शब्द सिक्के दा प्रतीक दसिया गया है। तांबा ते सिक्का दोवें रल जाण, तांबा उही है, तांबा नहीं बदलिया, तांबे विच कोई फर्क नहीं है, तांबा चेंज नहीं होया, पर रल पित्तल विच रल शीशे विच गया। ते जदों शीशे विच रल जांदे उदों भरत धात बन जांदी है। धातां अलग अलग अपना स्वरूप लैण लग जांदियां ने, है तांबा इक्को ही आ, सारिआं विच इक्को जिहा वसर है। समझण वास्ते बेनती करें, तो ही मोही, मोही तो ही अंतर कैसा। हुण दे अर्थ करन वाला कहिंदा कि तेरे ते मेरे विच कोई अंतर नहीं। आप कैसा शब्द फड़ लो, कैसा, कोई कोश कैसा शब्द दा कोई नहीं अर्थ नहीं करेगा। कैसा शब्द अर्थ किस तरह दा, तेरे ते मेरे विच की अंतर आ, ते कैसा प्रश्नवाचक हो गया। ये ते तो स्पष्ट हुंदा है कि गुरु साहब ये शब्द कह रहे ने कि तेरे ते मेरे विच फर्क की आ, ये क्वेश्चन मार्क आए, प्रश्नवाचक चिन्ह जो ये अखीर विच लग जांदा है। तो ही मोही, मोही तो ही अंतर कैसा। जे कोई ये आखे कि गुरु साहब कहिंदे ने तेरे ते मेरे विच फर्क नहीं, ये गल सरासर गलत आ, क्योंकि कैसा दा अर्थ फर्क नहीं है ही नहीं, जबकि कोश यह अर्थ कर रहे है, सटीक करने वाला यह अर्थ कर रहे है। ये मोती ने समुद्र जा, समुद्र विच सिप्पी आ, सिप्पी विच मोती ने। गुरु ग्रंथ साहब एक वड्डा समुद्र आ, ते रहिंदी दुनिया तक इहदे ते स्टडी हुंदी रहनी। तो ही मोही, मोही तो ही अंतर कैसा। हुण अंतर कैसा, किस तरह का अंतर आ, अंतर का अर्थ हुंदा फर्क, किस तरह का फर्क आ। मैं कम से कम यही अर्थ करूँगा, गुरु बख्शे
कि किस तरह का फर्क आ, ये गल कही जा रही है तो फिर फर्क दर्शाया जा रहा है। फर्क की है? तोही मोही मोही तोही अंतर कैसा, कनक कटक जल तरंग जैसा। ये जवाब आ, कनक सोना, कटक काड़त, कटक दे अर्थ कड़ा भी किए गए हैं। जिस तरह सोना ते सोने की घाड़त विच फर्क आ, अंतर आ, इस तरह मेरे ते तेरे विच अंतर है। और उस गल नूं भाई साहब भाई गुरदास जी इत्थे बाकायदा स्पष्ट कर रहे हैं। मैं पिछले दिन भी बेनती की सी, असी बहुत देर बाद ये गल समझ सके कि महापुरख कहिंदे सन कि भाई साहब भाई गुरदास जी गुरु ग्रंथ साहब की कुंजी है। जिस शब्द के अर्थ समझ ना आउण, भाई गुरदास जी दीआं वाजां पढ़ लो, समझ आ जाणगे। तेरे ते मेरे विच कैसा अंतर आ, कैसी दूरी आ, बिल्कुल इस तरह जिवें सोना ते सोने की घाड़त, कनक सोना, कटक उहदी घाड़त, जां जिवें सोना ते सोने का कड़ा, ये फर्क आ। हुण स्पष्ट करो, मान लो सोने का कड़ा बनिया होया, उस सुनियारे कोल चला गया, सुनियारे ने उस कड़े नूं गालिया, वह गल गया, अग ते जाएगा सोना गलेगा, गालन दे बाद उहदी मुंदी बना दित्ती, उहदियां वालियां बना दित्तियां, उहदा हार बना दित्ता, उहदी चैनी बना दित्ती, बदल गए, कड़ा बदलिया, ते कड़ा बदल के चैन बन गया। सोने की चैन सुनियारे नूं दित्ती, उन्हें बदल के उहदा कड़ा बना दिता, उहदा हार बना दिता, उहदियां चूड़ियां बना दित्तियां, उहदियां वालियां बना दित्तियां, पर उहदे विच्चों सोना नहीं निकलिया। अप नोट करना, कड़े तो चैन ते बन गई है, पर सोना ते उदा ही है ना, सोना ते नहीं बदलिया, कड़ा बदलिया, चैन बदली है, सोना नहीं बदलिया। चैन बदल के वालियां बन गई, हार बन गई है, हार बदलिया है, सुनियारा इन्ना कर सकिया है कि हार की तस्वीर बदल के कुछ होर कर देवे, पर उहदे विचों सोना नहीं बदलिया। ते गुरु साहब इत्थे ये शब्द कह रहे ने, ऐ मेरे मालक परमेश्वर, तेरे ते मेरे विच ये अंतर आ, तेरे ते मेरे विच ये फर्क आ, कि तू कदे भी नहीं बदलदा, तू इको जिहा रहिंदा, मैं ते कदम कदम ते बदल जांदा। फिर कई जन्म पए कीट पतंगा, कई जन्म गजमीन कुरंगा, कई जन्म पंखी सर पोयो, कई जन्म हैवर बिरख जोयो, बदलिया है, पर जदों कीड़ा है उदों भी परमेश्वर उहदे विच, उह नहीं बदलिया। जदों पतंगा है उदों भी परमेश्वर उहदे विच, उह नहीं बदलिया। जदों हाथी आ उदों भी परमेश्वर उहदे विच, उह नहीं बदलिया। ते जदों मनुख आ उदों भी परमेश्वर उहदे विच, उह नहीं बदलिया, पर इह ते बदल गया ना। तोही मोही मोही तोही अंतर कैसा, कनक कटक जिदा सोना ते सोने की घाड़त, इन्हों का अंतर आ, क्योंकि घाड़त बदलती है, सोना नहीं बदलता, तू कदे नहीं बदलता, तू कदे नहीं बदलता, जदों बदलता है मैं बदलता है, जदों बदलता है जी बदलता है, जदों चेंज होंदा है ये होंदा है, परमेश्वर नहीं होंदा। जल तरंग जैसा, पानी की लहर पानी विच्चों उठती है, समुद्र किनारे जाके वेखो उच्चिया उच्चिया तरंगा उठदिया ने, हवा नाल लहर उठदिया ने, पर डिग पैंदिया ने। मैं बदलदा है, मैं अपने अहंकार विच समुद्र विचों निकलन दा जतन करदा है, पर समुद्र मैनू निकलन नहीं देंदा। मेरा मालका तू नहीं बदलदा, तू समुद्र है, पर मैं ते लहर हां, मैं चेंज हो जाना, मैं थां थां ते उच्चा उठण दा जतन करदा है, पर तेरी मर्जी ते बिना उठा किवें। मेरा ही जतन है कि संसार दीआं हवावां वाशनावां दीआं लहरां मैनू तेरे तो अलग करदियां ने, मैं उठदा है, पर फिर तेरे विच डिग पैंदा, क्योंकि तू नहीं बदलदा, मैं बदलदा है। इत्थे भाई साहब कह रहे ने, तांबा ओही है, सोई तांबा,
रंग संग जो कह हुई तांबे ते कली चढ़ा दिती गई, कली ते तांबा जदों आपस में रले उहदा ना कह हो गया, कहें दा भांडा बन गया। सोई तांबा जिस मिल पित्तल अवलोई, तांबा ओ ही है वो जिस विच मिल गया उहदा ना पित्तल हो गया। परमेश्वर ओ ही है, परमेश्वर नहीं बदलिया, तांबा नहीं बदलिया, पर मनुख का जिस तरह का सुभा है परमेश्वर उहदे नाल रल के उदा का ही हो जाता है। कोई नेकी का प्रतीक बन जाता है, कोई बदी का प्रतीक बन जाता है। ये तो मनुख ने वेखना है कि मैं अपने परमेश्वर नूं अपने अंदरों किस तरह वेखा, किस तरह उहदे दर्शन करा। सोई शीशे संगति भंगार अलो पलोई, सिक्के नाल मिलके भंगार बन जाता है। तांबा पारस परसिया होए कंचन सोई, किते तांबा तो ही है ना, जे कि पारस दे नाल परस जाए, परसन का अर्थ है छूना, टच करना। मैं बेती करा, पारस एक पत्थर नूं कहा जाता है, एक कल्पना का पत्थर जा। मैं बहुत बार अर्ज करता जे सही मायने विच किते पारस हुंदा, किते पारस हुंदा, ते दुनिया का समुचा तांबा जा लोहा सोना कर दिता जाना सी, पर ऐसा कोई पत्थर है नहीं, एक कल्पना का पत्थर है। गुरु साहब ने इनू इस तरह लिया, पारस परसै पारस हुई। गुरु साहब कहिंदे ने कि गुरु पारस आ, ते गुरदेव पारस दे नाल जो छू जांदा है, सतसंग नाल जुड़ जांदा है, वह पारस ही हो जांदा है। पर वह कोई पत्थर नहीं है, वह गुरु पत्थर का जिक्र है, गुरदेव का जिक्र है, पत्थर का नहीं है। कि गुरदेव वालों जो सत्संग नाल जुड़ता वह पारस ही हो जाता है। इतने भाई साहब कहिंदे ने मान लो कि कुछ पारस भी है, तो एक मनौत है कि तांबा पारस नाल लग जाए तो वह सोना हो जाता है। है तो तांबा, जे वह कली दे नाल जुड़िया तो वह कह हो गया है, तो तांबा जिस नाल मिले पित्तल हो गया है, तो तांबा सिक्के नाल रलिया है भंगार हो गया है, तो तांबा पारस नाल मिलिया है सोना हो गया है, तो तांबा परमेशर इको जिहा है, कितने फर्क नहीं है। जे वह स्वाति बूंद वर्गा है तो इको जिहा है, जे उन्हों असी तांबे वर्गा मन लिए इको जिहा है, पर मनुखी सुभा दे नाल रल के वह बदलता रहिंदा है, वह नहीं बदलता, मनुखी सुभा बदलता है। सोई तांबा भसम होए औखद भार कर भोई, कहिंदे है तो तांबा, पर जे किसी हकीम दे हथ आ जाए, वैद दे हथ आ जाए, तो वैद उन्हों भसम करता है। जे असी आम लोग तांबे नूं भसम करके दवाई बनाउणी चाहिए तो जहर बन जाएगा, पर जे कोई हकीम, कोई सियाणा विद्वान, सियाणा वैद उस तांबे नूं अपने तरीके नाल भसम करेगा, भसम करन दा अर्थ राख बना देना, तांबे नूं साड़ के उहदे विच कुछ होर पा के उन्हों तैयार करता है, उहदियां बड़ियां कीमती दवाइयां बनदियां ने जो जीवन वास्ते बड़ियां विशेष ने। है तांबा, हुण भाई साहब कहिंदे ने तुसीं इह वेखणा है कि परमेश्वर नूं इदां समझ लो, परमेश्वर तांबा नहीं है, पर समझ लो कि परमेश्वर तांबा है, ते तांबा जिस विच मिलेगा उहनूं बदलेगा, उहदा सुभा उहने चेंज कर देना है, उन्हें आप नहीं बदलना, दूजे नूं बदल देना। परमेश्वर जां सतसंग जिन्हों मिलता है उन्हों बदलता है, ते जीवन जदों सतसंग नाल पूरी तरह जुड़ता है, एक दिन इनू सतसंग विच्चों परमेश्वर प्यार की दवाई प्राप्त हो जाती है। वाका औखद ना है, जिहदी दवाई कोई नहीं है उहदी दवाई सतसंग आ, परमेश्वर प्यार की दवाई प्राप्त हो जाती है। सोई तांबा भसम होए औखद, औखद अर्थ दवा है, औखद कर भोई, भसम हो के दवाई बन जाती है, तो दवाई फायदा करती है,
ਆਪੇ ਆਪ ਵਰਤਦਾ ਸੰਗਤ ਗੁਣ ਗੋਈ। ਪਰਮੇਸ਼ਰ ਆਪਣੇ ਆਪ ਹੀ ਵਰਤਦਾ, ਹਰ ਥਾਂ 'ਤੇ ਵਰਤਦਾ। ਇਹ ਗੱਲ ਅਲੱਗ ਆ ਕਿ ਜੋ ਪਰਮੇਸ਼ਰ ਦੀ ਜਿਵੇਂ ਸੰਗਤ ਕਰਦਾ ਹੈ ਉਸੇ ਤਰ੍ਹਾਂ ਦਾ ਉਹ ਆਪਣਾ ਜੀਵਨ ਬਣਾ ਲੈਂਦਾ ਹੈ। ਪਰਮੇਸ਼ਰ ਨੂੰ ਜਿਸ ਤਰ੍ਹਾਂ ਮਨੌਤ ਬਣਾਉਂਦਾ ਹੈ ਉਸੇ ਤਰ੍ਹਾਂ ਦਾ ਉਹਦਾ ਜੀਵਨ ਬਣ ਜਾਂਦਾ ਹੈ। ਜੇ ਉਹ ਪਰਮੇਸ਼ਰ ਨੂੰ ਸਰਵ ਵਿਆਪਕ ਮੰਨਦਾ ਉਹਦਾ ਜੀਵਨ ਅੰਮ੍ਰਿਤ ਹੋ ਜਾਂਦਾ ਹੈ। ਅਤੇ ਜੇ ਪਰਮੇਸ਼ਰ ਨੂੰ ਉਹ ਇਸ ਤਰ੍ਹਾਂ ਮੰਨਦਾ ਕਿ ਮੈਂ ਆਪਣੇ ਲਈ ਵਰਤਣਾ ਅਤੇ ਸਰਬੱਤ ਦਾ ਭਲਾ ਨਹੀਂ ਮੰਗਣਾ, ਤਾਂ ਜੀਵਨ ਵਿੱਚ ਵਿਸ਼ੇਸ਼ਤਾ ਨਹੀਂ ਆਉਂਦੀ। ਜੋ ਆਪਣੇ ਸਵਾਰਥ ਵਾਸਤੇ ਹੀ ਪਰਮੇਸ਼ਰ ਦੀ ਵਰਤੋਂ ਕਰਦਾ ਹੈ। ਇੱਥੇ ਬਹੁਤਾ ਕਰਕੇ ਸੰਸਾਰ ਦੇ ਲੋਕ ਮਾਤਰ ਆਪਣੇ ਸਵਾਰਥ ਦੀਆਂ ਅਰਦਾਸਾਂ ਕਰਦੇ ਨੇ। ਇਹ ਸਿੱਖ ਹੈ ਜੋ ਸਾਰਾ ਕੁਝ ਕਹਿਣ ਦੇ ਬਾਅਦ ਅਖੀਰ ਵਿੱਚ ਕਹਿੰਦਾ ਹੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਗੁਰੂ ਕਿਰਪਾ ਕਰੇ, ਸਰਬੱਤ ਦਾ ਭਲਾ ਮੰਗੀਏ ਅਤੇ ਜੀਵਨ ਅੰਮ੍ਰਿਤ ਵਰਗਾ ਹੋ ਜਾਏ। ਗਲਤੀਆਂ ਬਖਸ਼ੋ ਜੇ, ਇੱਕ ਹੀ ਵਿਸ਼ਾ ਮੁੜ ਮੁੜ ਕੇ ਚੱਲਣਾ, ਆਪੇ ਆਪ ਵਰਤਦਾ। ਇਸ ਤੋਂ ਬਾਅਦ ਪਾਣੀ ਦੀ ਉਦਾਹਰਣ ਆ ਕਿ ਪਾਣੀ ਮੰਨ ਲਓ ਪਰਮੇਸ਼ਰ ਪਾਣੀ ਆ। ਉਸ ਤੋਂ ਬਾਅਦ ਦੀਵੇ ਦੀ ਉਦਾਹਰਣ ਆ, ਉਸ ਤੋਂ ਬਾਅਦ ਪੇੜ ਦੀ ਉਦਾਹਰਣ ਆ, ਉਸ ਤੋਂ ਬਾਅਦ ਸੂਤ ਕਪਾਹ ਦੀ ਉਦਾਹਰਣ ਆ। ਬਹੁਤ ਸਾਰੀਆਂ ਕੋਟੇਸ਼ਨਸ ਦੇ ਕੇ ਪਰਮੇਸ਼ਰ ਬਾਰੇ ਭਾਈ ਸਾਹਿਬ ਜੀ ਨੇ ਸਮਝਾਇਆ। ਆਉਣ ਵਾਲੇ ਸਮੇਂ ਵਿੱਚ ਵਿਚਾਰ ਕਰਦੇ ਰਹਾਂਗੇ ਜੀ। ਗਲਤੀਆਂ ਬਖਸ਼ੋ ਜੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਨਾਮ।